ਅੱਜ ਕੋ ਮਾਂ ਬੋਲੀ ਦਿਵਸ ਹੈ ਸਭ ਤੋਂ ਪਹਿਲਾਂ ਅਸੀਂ ਦੁਨੀਆ ਦੇ ਹਰ ਵਸਿੰਦੇ ਨੂੰ ਮੁਬਾਰਕਾਂ ਦਿੰਨੇ ਆ ਕਿਉਂਕਿ ਹਰ ਕਿਸੇ ਨੂੰ ਆਪਣੀ ਮਾਂ ਬੋਲੀ ਦੇ ਨਾਲ ਡੂੰਘਾ ਲਗਾਵ ਹੁੰਦਾ ਸਾਡੀ ਸਾਰਿਆਂ ਦੀ ਮਾਂ ਬੋਲੀ ਪੰਜਾਬੀ ਹੈ ਅਰਦਾਸ ਕਰਦੇ ਹਾਂ ਵਧੇ ਫੁੱਲੇ ਮਾਂ ਬੋਲੀ ਕੋਈ ਨਾ ਭੁੱਲੇ ਮਾਂ ਬੋਲੀ ਜਿੰਨਾ ਕੋਲ ਜ਼ੁਬਾਨਾਂ ਨੇ ਉਹੀ ਕਰਦੇ ਰਾਜ ਕਿਉਂਕਿ ਸੱਚ ਹੈ ਕਿ ਜੀਅਸੀ ਆਪਣੀ ਮਾਂ ਬੋਲੀ ਨੂੰ ਹੀ ਵਿਸਾਰ ਦਿੰਦੇ ਹਾਂ ਵਿਸਰ ਜਾਂਦੇ ਹਾਂ ਤਾਂ ਸਾਡੀ ਕੋਈ ਪਛਾਣ ਨਹੀਂ ਰਹਿੰਦੀ ਯੂਨੈਸਕੋ ਨੇ 21 ਫਰਵਰੀ ਨੂੰ ਮਾਂ ਬੋਲੀ ਦਿਵਸ ਮਨਾਉਣ ਦਾ ਫੈਸਲਾ ਦਿੱਤਾ ਸੀ ਜਿਸ ਦਾ ਮਕਸਦ ਸੀ ਕਿ ਦੁਨੀਆ ਦੇ ਭਾਵੇਂ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਨਾਗਰਿਕ ਰਹਿੰਦਾ ਜਿੱਥੇ ਵੀ ਉਹ ਰਹਿੰਦਾ ਉੱਥੋਂ ਦੀ ਮਾਂ ਬੋਲੀ ਬੋਲਣਾ ਉਸ ਦਾ ਹੱਕ ਹੈ ਮਾਂ ਬੋਲੀ ਦੀ ਰੱਖਿਆ ਕਰਨਾ ਉਸ ਦਾ ਫਰਜ਼ ਹੈ ਤੇ ਇਸ ਦਿਨ ਸੰਸਾਰ ਪੱਧਰ ਤੇ ਹਰ ਖਿੱਤੇ ਦੇ ਵਿੱਚ ਆਪਣੀ ਆਪਣੀ ਮਾਂ ਬੋਲੀ ਪ੍ਰਤੀ ਸ਼ਰਧਾ ਤੇ ਸਨਮਾਨ ਦੇ ਵਜੋਂ ਇਹ ਦਿਹਾੜਾ ਮਨਾਇਆ ਜਾਂਦਾ ਹੈ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਭਾਵੇਂ 1967 ਦੇ ਵਿੱਚ ਮਿਲ ਗਿਆ ਸੀ ਪਰ ਸਾਡੀ ਮਾਂ ਬੋਲੀ ਨੂੰ ਉਹ ਹੱਕ ਕਦੇ ਵੀ ਨਹੀਂ ਮਿਲ ਸਕਿਆ ਜਿਸ ਦੀ ਇਹ ਹੱਕਦਾਰ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2008 ਅਕਤੂਬਰ ਮਹੀਨੇ ਦੇ ਵਿੱਚ ਪੰਜਾਬੀ ਦੀਆਂ ਦੇਖੀ ਤੇ ਉਲੰਘਣਾ ਕਰਨ ਦੇ ਲਈ ਸਜ਼ਾ ਦਾ ਕਾਨੂੰਨ ਪਾਸ ਕੀਤਾ ਸੀ ਪਰ ਇਹ ਕਾਨੂੰਨ ਉਸ ਸਖਤੀ ਦੇ ਨਾਲ ਲਾਗੂ ਨਹੀਂ ਹੁੰਦੇ ਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹੁਣ ਵੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੇ ਪੰਜਾਬ ਵਾਸੀਆਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਜਿਹੜਾ ਵੀ ਕੋਈ ਵੱਖ-ਵੱਖ ਹਦਾਰਿਆਂ ਦੇ ਵਿੱਚ ਕੰਮ ਕਰਦਾ ਹੈ ਜਾਂ ਜਿਹਦਾ ਕੋਈ ਆਪਣਾ ਵਪਾਰ ਹੈ ਕੋਈ ਦੁਕਾਨ ਹੈ ਕੋਈ ਬਿਜ਼ਨਸ ਹੈ ਉਹਦੇ ਬਾਅਦ ਜਿਹੜਾ ਫੱਟਾ ਲੱਗਿਆ ਹੁੰਦਾ ਹੈ ਉਸ ਦੇ ਉੱਤੇ ਸਭ ਤੋਂ ਉੱਪਰ ਨਾਮ ਪੰਜਾਬੀ ਦੇ ਵਿੱਚ ਲਿਖਿਆ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਜੇ ਅੱਜ ਤੋਂ ਬਾਅਦ ਹੁਣ ਸਰਕਾਰ ਹੈ ਜਿਹੜੀ ਉਹ ਚੈਕਿੰਗ ਕਰਵਾਏਗੀ ਜਿਸ ਨੇ ਵੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਉਸ ਦੇ ਖਿਲਾਫ ਜੁਰਮਾਨਾ ਲਾਇਆ ਜਾਵੇਗਾ ਅੱਜ ਦਾ ਦਿਨ 1952 ਦੀ 21 ਫਰਵਰੀ ਦੀ ਪ੍ਰਤੀਨਿਤਾ ਕਰਦਾ ਹੈ ਜਦੋਂ ਬੰਗਾਲ ਦੇ ਟਾਕਾ ਦੇ ਵਿੱਚ ਯੂਨੀਵਰਸਿਟੀ ਹੈ ਜਗਨਨਾਥ ਯੂਨੀਵਰਸਿਟੀ ਟਾਕਾ ਮੈਡੀਕਲ ਕਾਲਜ ਇਹਨਾਂ ਦੇ ਵਿਦਿਆਰਥੀ ਉਸ ਸਮੇਂ ਪਾਕਿਸਤਾਨ ਦੇ ਵਿੱਚ ਉਰਦੂ ਤੋਂ ਬਿਨਾ ਬੰਗਾਲੀ ਨੂੰ ਵੀ ਕੌਮੀ ਭਾਸ਼ਾ ਵਜੋਂ ਮਾਨਤਾ ਦਿਵਾਉਣ ਦੇ ਲਈ ਮੁਜ਼ਾਹਰੇ ਕਰ ਰਹੇ ਸਨ ਤੇ ਇਹਨਾਂ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ ਦੇ ਉਸ ਘਟਨਾ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਫਿਰ ਯੂਨੈਸਕੋ ਅੱਜ ਦੇ ਦਿਨ ਹਰ ਸਾਲ ਕਮਾਂਤਰੀ ਮਾਂਬੋਲੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤੇ ਕਮਾਂਤਰੀ ਮਾਤ ਪਾਸ਼ਾ ਦਿਵਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਵੋਟਰ ਸਮੇਤ ਹੋਰ ਅਹੁਦੇਦਾਰਾਂ ਨੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਪਹਿਲੀ ਤੋਂ 10ਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਪੜਾਉਣ ਅਤੇ ਬੋਲਣ ਤੇ پابੰਦੀ ਨਾ ਲਾਉਣ ਦੀ ਮੰਗ ਕੀਤੀ ਹੈ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਹੈ ਮੰਗ ਕੀਤੀ ਹੈ ਮੁੱਖ ਮੰਤਰੀ ਤੋਂ ਕਿ ਪੰਜਾਬ ਸਰਕਾਰ ਕੇਂਦਰੀ ਸਕੂਲ ਬੋਰਡਾਂ CBSE ਅਤੇ ICSE ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਾਬੰਦ ਕਰੇ ਕਿ ਉਹ ਵੱਖ-ਵੱਖ ਸੂਬਿਆਂ ਦੀਆਂ ਖੇਤਰੀ ਭਾਸ਼ਾਵਾਂ ਨੂੰ 10ਵੀਂ ਤੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਨਾਲ ਹੀ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਰਕਾਰੀ ਅਰਧ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦੇ ਬੋਰਡਾਂ ਤੇ ਸਭ ਤੋਂ ਉੱਤੇ ਪੰਜਾਬੀ ਵਿੱਚ ਜਾਣਕਾਰੀ ਲਿਖਣ ਦਾ ਵਧੀਆ ਫੈਸਲਾ ਲਿਆ ਗਿਆ ਹੈ ਉਸ ਸਬੰਧੀ ਵਿਧਾਨ ਸਭਾ ਤੋਂ ਕਾਨੂੰਨ ਵੀ ਪਾਸ ਕਰਵਾਇਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕੱਲ ਲੁਧਿਆਣਾ ਪਹੁੰਚੇ ਹੋਏ ਸਨ ਉਹਨਾਂ ਨੇ ਮਾਂ ਬੋਲੀ ਦਿਵਸ ਤੋਂ ਇੱਕ ਦਿਨ ਪਹਿਲਾਂ ਵਿਸ਼ੇਸ਼ ਤੌਰ ਤੇ ਤਿਆਰ ਇੱਕ ਘੜੀ ਜਾਰੀ ਕੀਤੀ ਹੈ ਜਿਹੜੀ ਕਿ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਗਈ ਹੈ ਇਹ ਘੜੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਆਪਣੀ ਟੀਮ ਨਾਲ ਮਿਲ ਕੇ ਤਿਆਰ ਕੀਤੀ ਹੈ ਜਿਸ ਵਿੱਚ ਪੰਜਾਬੀ ਵਰਣ ਵਾਲਾ ਦੇ 35 ਅੱਖਰ ਨੇ ਤੇ ਇਸ ਤੇ ਹੇਠਾਂ ਮਾਂ ਬੋਲੀ ਸਾਡਾ ਮਾਣ ਸਲੋਗਨ ਲਿਖਿਆ ਹੋਇਆ ਹੈ